ਅੱਜ ਆਪਾਂ ਵੀਡੀਓ ਬਣਾਉਣ ਲੱਗੇ ਸੀਗੇ ਜਗਮੀਤ ਵਾਲੇ ਚੈਨਲ ਤੇ ਤੇ G2 ਬਾਰੇ ਤੇ ਕਲਾਸ 5 ਬਾਰੇ ਤੇ ਕਲਾਸ 7 ਬਾਰੇ ਤੇ ਜੀ ਇੱਥੇ ਤਿੰਨ ਤਰ੍ਹਾਂ ਦੇ ਲਾਇਸੈਂਸ ਹੁੰਦੇ ਆ ਜਿਹੜੀ ਪਹਿਲੀ ਪੌੜੀ ਆ ਉਹ ਹੈਗੀ ਆ G1 ਤੇ ਦੂਜੀ ਹੈਗੀ ਆ G2 ਤੇ ਜਦੋਂ ਫੁੱਲ ਲਾਇਸੈਂਸ ਆ ਉਹ ਜੀ ਲਾਇਸੈਂਸ ਆ ਤੇ PC 'ਚ ਵੀ ਆਈ ਆ PC 'ਚ ਬਈ ਪਹਿਲਾਂ G1 ਨੂੰ ਨੌਲੇਜ ਟੈਸਟ ਕਹਿੰਦੇ ਆ ਉਸ ਤੋਂ ਬਾਅਦ ਕਲਾਸ 7 ਹੁੰਦਾ ਜਿਹਨੂੰ ਇੱਥੇ G2 ਕਹਿੰਦੇ ਆ ਤੇ ਜੀ ਨੂੰ ਉੱਥੇ ਕਲਾਸ 5 ਕਹਿੰਦੇ ਆ ਇੱਥੇ ਪਰ ਜੀ ਵਾਲਿਆਂ ਨੂੰ ਹਾਈਵੇ ਤੇ ਲੈ ਕੇ ਜਾਂਦੇ ਆ ਉਹ ਹਾਈਵੇ ਤੇ ਨਹੀਂ ਲੈ ਕੇ ਜਾਂਦੇ ਹੈਗੇ ਠੀਕ ਆ ਠੀਕ ਆ ਤੇ ਬਾਕੀ ਤੁਹਾਨੂੰ ਆਪਾਂ ਪ੍ਰੈਕਟੀਕਲ ਨਾਲ ਹੀ ਦਿਖਾ ਦਿੰਨੇ ਆ ਗੱਡੀ ਚਲਾ ਕੇ ਦਿਖਾਵਾਂਗੇ ਤੇ ਇੱਕ ਗੱਲ ਜਿਵੇਂ ਹੁਣ ਆਪਾਂ ਟੈਸਟ ਦੇਣ ਲੱਗੇ ਆ ਉਦੋਂ ਆਪਾਂ ਨੂੰ ਕੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਵਾ ਜਦੋਂ ਐਗਜ਼ਾਮੀਨਰ ਆਉਂਦਾ ਹੀ ਆ ਤਾਂ ਸਾਰਿਆਂ ਨਾਲ ਪਹਿਲਾਂ ਉਹ ਆਪਣੀ ਗੱਡੀ ਦੀ ਚੈਕਿੰਗ ਕਰਦਾ ਉਹਨੂੰ ਆਪਾਂ ਕਹਿ ਦਿੰਨੇ ਇਨਸਪੈਕਸ਼ਨ ਕਰਦਾ ਵਾ ਇਨਸਪੈਕਸ਼ਨ ਦੇ ਵਿੱਚ ਉਹ ਕੀ ਕਹੂਗਾ ਆਪਾਂ ਨੂੰ ਵੀ ਗੱਡੀ ਦੇ 4 ਇੰਡੀਕੇਟਰ ਜਾਗਦੇ ਆ ਚੈੱਕ ਕਰੂਗਾ ਆਪਾਂ ਨੂੰ ਕਹੂਗਾ ਵੀ ਜਗਾ ਕੇ ਦਿਖਾਓ ਤੇ ਫਿਰ ਲਾਈਟਾਂ ਚੈੱਕ ਕਰੂਗਾ ਤੇ ਬ੍ਰੇਕ ਲਾਈਟਾਂ ਚੈੱਕ ਕਰੂਗਾ ਤੇ ਉਹ ਤੋਂ ਜਿਵੇਂ ਹੁਣ ਆਪਾਂ ਗੱਡੀ ਸਟਾਰਟ ਕਰ ਲਈ ਸਾਰਿਆਂ ਨਾਲ ਪਹਿਲਾ ਕੰਮ ਤਾਂ ਕੀ ਆ ਜਿਵੇਂ ਇੱਥੇ ਸੌਖਾ ਕੰਮ ਹੀ ਆ ਜਿਵੇਂ ਆਮ ਗੱਡੀਆਂ ਦੇ ਕੈਮਰੇ ਹੀ ਹੁੰਦੇ ਆ ਮਗਰ ਜਦੋਂ ਆਪਾਂ ਬੈਕ ਵੀ ਕਰਨੀ ਆ ਕਈ ਵਾਰ ਕੀ ਹੁੰਦਾ ਜਿਵੇਂ ਇੱਥੇ ਫੁੱਟਪਾਥ ਆ ਉਹ ਦੋਨੇ ਪਾਸੇ ਦੇਖ ਕੇ ਬੈਕ ਕਰਿਓ ਨਹੀਂ ਕਈ ਵਾਰ ਬੰਦਾ ਤੁਰ ਤੁਰ ਕੇ ਆਉਂਦਾ ਹੁੰਦਾ ਵਾ ਜਾਂ ਕੋਈ ਸਾਈਕਲ ਤੇ ਆਉਂਦਾ ਹੁੰਦਾ ਵਾ ਤਾਂ ਵੱਜਣ ਦੇ ਚਾਂਸ ਹੁੰਦੇ ਆ ਜਿਵੇਂ ਹੁਣ ਸਾਰਿਆਂ ਨਾਲ ਪਹਿਲਾਂ ਕੰਮ ਤਾਂ ਬੈਕ ਗੇਅਰ ਪਾ ਕੇ ਦੇਖਿਆ ਵੀ ਤੇ ਹੁਣ ਆਪਾਂ ਤੁਰ ਪਏ ਸੀਗੇ ਤੇ ਇੱਕ ਇੱਥੇ ਜਿਵੇਂ ਹੁਣ ਜਿਹੜਾ ਇੰਡੀਆ 'ਚ ਬੰਦਾ ਦੇਖੂ ਵੀਡੀਓ ਉਹਨੂੰ ਜਿਹੜੀ ਓਪਰਾ ਜਿਹਾ ਲੱਗੂਗਾ ਇੱਥੇ ਆਪਣੀ ਹੈਗਾ ਸੱਜਾ ਹੱਥ ਤੇ ਇੰਡੀਆ 'ਚ ਆਪਣੇ ਹੈਗਾ ਵਾ ਖੱਬਾ ਹੱਥ ਤੇ ਬਾਕੀ ਇੱਥੇ ਜਿਵੇਂ ਕੋਈ ਵੀ ਚੁਰਸਤਾ ਪੈਂਦਾ ਵਾ ਉੱਥੇ ਸਟੋਪ ਸਾਈਨ ਲੱਗੇ ਹੁੰਦੇ ਆ ਤੇ ਸਟੋਪ ਸਾਈਨ 'ਤੇ ਆਪਾਂ 3 ਸਕਿੰਟ ਗੱਡੀ ਰੋਕ ਕੇ ਤੇ ਦੋਨੇ ਪਾਸੇ ਦੇਖ ਕੇ ਕਲੀਅਰ ਆ ਤੇ ਫਿਰ ਹੀ ਆਪਾਂ ਗੱਡੀ ਤੋਰਨੀ ਆ ਤੇ ਬਾਕੀ ਜੇ ਗੱਡੀ ਹੋਵੇ ਵੀ ਚੁਰਸਤੇ 'ਚ ਤਾਂ ਜਿਹੜੀ ਆ ਕੇ ਪਹਿਲਾਂ ਖੜੂਗੀ ਗੱਡੀ ਤਾਂ ਉਹਦਾ ਰਾਈਡ ਆ ਪਹਿਲਾਂ ਤੁਰਨ ਦਾ ਤੇ ਜਿਵੇਂ ਹੁਣ ਆਪਾਂ ਆ ਜਾਂਦੇ ਹਾਂ ਗੱਡੀ 'ਤੇ ਤਾਂ ਇੰਸਟ੍ਰਕਟਰ ਨੇ ਤੁਹਾਨੂੰ ਕੀ ਕਹਿਣਾ ਵਾ ਜਿਹੜਾ ਟੈਸਟ ਲੈਣ ਵਾਲਾ ਹੋਊਗਾ ਉਹਨੇ ਕਹਿਣਾ ਵੀ ਪੁੱਲ ਓਵਰ ਕਰ ਦਿਓ ਗੱਡੀ ਤਾਂ ਜਿਵੇਂ ਹੁਣ ਆਪਾਂ ਜਾਂਦੇ ਹਾਂ ਤਾਂ ਪਹਿਲਾਂ ਆਪਾਂ ਇੰਡੀਕੇਟਰ ਦੇਣਾ ਵਾ ਅਤੇ ਇੱਥੇ ਰੋਕ ਕੇ ਗੱਡੀ ਰੋਕ ਲੈਣੀ ਆ ਜਦੋਂ ਰੋਕ ਲਈ ਗੱਡੀ ਨਿਊਟਰਲ 'ਚ ਪਾਰਕਿੰਗ 'ਚ ਕਰਕੇ ਅਤੇ ਐਮਰਜੈਂਸੀ ਇੰਡੀਕੇਟਰ ਲਾ ਦੇਣੇ ਆ ਅਤੇ ਫਿਰ ਉਹਨੇ ਕਹਿਣਾ ਵਾ ਤੁਹਾਨੂੰ 3-point turn ਕਰੋ 3-point turn ਦਾ ਕਿਵੇਂ ਆ ਪਹਿਲਾਂ ਤਾਂ ਆਪਾਂ ਗੱਡੀ ਗੇਅਰ 'ਚ ਕਰਨੀ ਆ ਫਿਰ ਇੰਡੀਕੇਟਰ ਬੰਦ ਕਰਨੇ ਆ ਫਿਰ ਆਪਾਂ ਮਗਰ ਦੇਖਣਾ ਵਾ ਵੀ ਕਲੀਅਰ ਆ ਅਤੇ ਫਿਰ ਆਪਾਂ ਉੱਧਰਲਾ ਇੰਡੀਕੇਟਰ ਦੇਣਾ ਵਾ ਜੋ ਦੇਖਿਆ ਵੀ ਕਲੀਅਰ ਆ ਦੋਨੇ ਪਾਸੇ ਉਹ ਫਰੰਟ ਅਤੇ ਬੈਕ ਫਿਰ ਐਂ ਪੂਰਾ ਕਟਾਈ ਕਰ ਦੇਣੀ ਆ ਗੱਡੀ ਦੀ ਜਿਵੇਂ ਆ ਗੱਡੀ ਮੁੜ ਗਈ ਅਤੇ ਫਿਰ ਆਪਾਂ ਦੋਨੇ ਵਾਰੀ ਦੋਨੇ ਪਾਸੇ ਦੇਖਣਾ ਵੀ ਕਲੀਅਰ ਆ ਫਿਰ ਬੈਕ ਗੇਅਰ ਕਰਕੇ ਸਿੱਧੀ ਬੈਕ ਜਾਣ ਦੇਣੀ ਆ ਗੱਡੀ ਬੈਕ ਕਰਕੇ ਅਤੇ ਇੱਕ ਫਿਰ ਫੁੱਲ ਕੱਟ ਗੱਡੀ ਦਾ ਮਾਰਨਾ ਵਾ ਪੂਰਾ ਸਟੀਅਰਿੰਗ ਘੁਮਾ ਦੇਣਾ ਵਾ ਅਤੇ ਆਹ ਬਸ ਹੋ ਗਿਆ 3-point turn ਹੋ ਗਿਆ ਤੇ ਹੁਣ ਆਪਣੀ ਪੈਰਲਰ ਪਾਰਕਿੰਗ ਰਹਿ ਗਈ ਹਨਾ ਹਾਂ ਇਹ ਜਿਹੜਾ ਬਈ 3-point turn ਇਹ ਇੱਥੇ G2 ਦੇ ਵਿੱਚ ਹੁੰਦਾ ਹਨਾ ਹਾਂ G2 ਚ ਕਰਾਉਂਦੇ ਆ ਹਾਂ ਤੇ BC ਵਾਲੇ ਕਰਾਉਂਦੇ ਨਹੀਂ ਹੈਗੇ ਉੱਥੇ ਸਿਰਫ ਪੁੱਲ ਓਵਰ ਹੁੰਦਾ ਤੇ ਇੱਕ ਆਪਣੀ ਪੈਰਲਲ ਪਾਰਕਿੰਗ ਹੁੰਦੀ ਆ ਤੇ ਇੱਕ ਹੁੰਦੀ ਹੈਗੀ ਆ ਬੈਕ ਪਾਰਕਿੰਗ ਅੱਛਾ ਅੱਛਾ ਕਲਾਸ 5 ਹੁੰਦਾ ਜਿਹੜਾ ਉਹਦੇ ਵਿੱਚ ਪੈਰਲਲ ਪਾਰਕਿੰਗ ਤੇ ਪੁੱਲ ਓਵਰ ਤੇ ਕਲਾਸ 7 ਦੇ ਵਿੱਚ ਬੈਕ ਹੁੰਦੀ ਆ ਅੱਛਾ ਅੱਛਾ ਨਾਲ ਨਾਲ ਜਿਵੇਂ ਆਪਾਂ ਟਰਨ ਕਰ ਰਹੇ ਹਾਂ ਇੰਸਟ੍ਰਕਟਰ ਆਪਾਂ ਨੂੰ ਦੱਸਦਾ ਰਹਿੰਦਾ ਵੀ ਫਰੋਮ ਨੈਕਸਟ ਇੰਟਰਸੈਕਸ਼ਨ ਟਰਨ ਰਾਈਟ ਟਰਨ ਲੈਫਟ ਆਪਾਂ ਆਪਦੇ ਸਪੀਡ ਸਾਈਨ ਤੇ ਸਟੋਪ ਸਾਈਨ ਵਗੈਰਾ ਸਾਰੇ ਫੋਲੋ ਕਰਦੇ ਕਰਦੇ ਜਾਈ ਜਾਣਾ ਇੱਥੇ ਲਾਈ ਨਾ ਦਈਏ ਹਾਂ ਇੱਥੇ ਲਾ ਜਾਂ ਉਧਰੋਂ ਲਾ ਦਿੰਦੇ ਆ ਇੱਕ ਜਦੋਂ ਆਪਾਂ ਕਦੇ ਵੀ ਪੁੱਲ ਓਵਰ ਪਾਰਕ ਕਰਦੇ ਹਾਂ ਜਾਂ ਕੋਈ ਵੀ ਪਾਰਕਿੰਗ ਕਰਦੇ ਹਾਂ ਆਪਾਂ ਇਹ ਦੇਖਣਾ ਵੀ ਕਿਸੇ ਦਾ ਡਰਾਈਵ ਹੀ ਨਾ ਆਪਣੇ ਤੋਂ ਹੋਵੇ ਉਹ ਅੱਛਾ ਅੱਛਾ ਹਨਾ ਡਰਾਈਵੇ ਦੇ ਵਿੱਚ ਨਹੀਂ ਪਾਰਕ ਕਰਨੀ ਆਪਾਂ ਪੈਰਲਲ ਪਾਰਕਿੰਗ ਲਾ ਕੇ ਦਿਖਾਉਂਦੇ ਆ ਜਿਵੇਂ ਆਹ ਗੱਡੀ ਖੜੀ ਆ ਤਾਂ ਜਿਹੜਾ ਇਹਦਾ ਸ਼ੀਸ਼ਾ ਵਾ ਡਰਾਈਵਰ ਵਾਲਾ ਤਾਂ ਉਹਦੇ ਆਪਾਂ ਸੇਧ ਨਾ ਆਪਣੀ ਗੱਡੀ ਦਾ ਬੋਨਟ ਆ ਗਿਆ ਜਦੋਂ ਉੱਥੇ ਸਟੋਪ ਕਰਕੇ ਤੇ ਫਿਰ ਇੱਕ ਟਰਨ ਪੂਰਾ ਸਟੀਅਰਿੰਗ ਨੂੰ ਘੁਮਾ ਦੇਣਾ ਵਾ ਘੁਮਾ ਕੇ ਤੇ ਬੈਕ ਕਰ ਦੇਣੀ ਆ ਗੱਡੀ
ਬੈਕ ਕਰਕੇ ਤੇ ਜਦੋਂ ਆਪਣੀ ਗੱਡੀ ਟੱਪ ਗਈ ਥੋੜਾ ਜਿਹਾ ਇਹਦਾ ਉਹ ਗੱਡੀ ਦਾ ਉਦੋਂ ਸਿੱਧੀ ਕਰਨ ਲੱਗ ਜਾਣਾ ਗੱਡੀ ਤੇ ਆਹ ਦੇਖੋ ਬਸ ਪੈਰਲਲ ਪਾਰਕਿੰਗ ਲੱਗ ਗਈ ਇੱਥੇ ਆ ਗਈ ਜਦੋਂ ਆਪਣੀ ਗੱਡੀ ਆ ਕੇ ਤੇ ਥੋੜ੍ਹੀ ਜਿਹੀ ਆਪਾਂ ਗਾਂਹ ਕਰ ਦੇਣੀ ਆ ਜਾਣੀ 3 ਕੁ ਫੁੱਟ ਦਾ ਫਾਸਲਾ ਹੋਣਾ ਚਾਹੀਦਾ ਆਪਣੀ ਤੇ ਉਹਦੀ ਗੱਡੀ ਦੇ ਵਿਚਾਲੇ ਬਸ ਆਹ ਪੈਰਲਲ ਪਾਰਕਿੰਗ ਲੱਗ ਗਈ ਪੜਦਾ ਨੇ ਆਹ ਵਿੱਚ ਪਤਾ ਵੀ ਚਾਰੇ ਪਾਸੇ ਹੋਊਗਾ ਜਿਵੇਂ ਆਹ ਮੂਹਰੇ ਸੜਕ ਹੁੰਦੀ ਹੈ ਇੱਕ ਮੇਨ ਸੜਕ ਆ ਤੇ ਹੁਣ ਆਪਾਂ ਆਹ ਮੇਨ ਸੜਕ ਤੇ ਚੜ੍ਹਨਾ ਉੱਥੇ ਜਿਵੇਂ ਆਹ ਸਟੋਪ ਆ ਉੱਥੇ ਆਪਾਂ ਰੁਕਣਾ ਹੁੰਦਾ ਚਿਰ ਜਿੰਨਾ ਚਿਰ ਦੋਨੇ ਪਾਸਿਆਂ ਤੋਂ ਕਲੀਅਰ ਨਹੀਂ ਹੁੰਦੀ 3 ਸਕਿੰਟ ਰੋਕ ਕੇ ਥੋੜ੍ਹੀ ਜਿਹੀ ਆਪਾਂ ਗੱਡੀ ਗਾਹ ਕਰਨੀ ਆ ਗਾਹ ਕਰਕੇ ਤੇ ਆਪਾਂ ਦੋਨੇ ਸਾਈਡਾਂ ਦੇਖਣੀਆਂ ਵਾ ਵੀ ਜਿੰਨਾ ਚਿਰ ਕਲੀਅਰ ਨਹੀਂ ਹੁੰਦੀਆਂ ਇੰਡੀਕੇਟਰ ਆਪਾਂ ਜਿਵੇਂ ਹੁਣ ਲੈਫਟ ਮੋੜਨਾ ਇੰਡੀਕੇਟਰ ਉੱਧਰਲਾ ਦੇ ਕੇ ਹੁਣ ਦੇਖ ਲਓ ਆਹ ਦੋਨੇ ਸਾਈਡਾਂ ਕਲੀਅਰ ਆ ਹੁਣ ਆਪਾਂ ਜਾਣੀ ਮੁੜ ਜਾਣਾ ਜਾਣੀ ਟਰਨ ਲੈ ਲੈਣਾ ਵਾ ਤੇ ਬਾਕੀ ਇੱਥੇ ਇੱਕ ਖਾਸ ਸਕੂਲ ਆ ਗਿਆ ਹਾਂ ਖਾਸ ਖਿਆਲ ਇਹ ਆ ਜਿਵੇਂ ਜਿੱਥੇ ਸਕੂਲ ਆ ਉੱਥੇ ਜ਼ਿਆਦਾਤਰ ਕੈਮਰੇ ਹੀ ਲੱਗੇ ਹੁੰਦੇ ਆ ਸਪੀਡ ਵਾਲੇ ਤੇ ਜਿਵੇਂ ਹੁਣ ਸਕੂਲ 'ਚ ਇੰਨਾ ਹੀ ਜ਼ਿਆਦਾਤਰ ਲਿਮਿਟ 40 ਦੀ ਸਪੀਡ ਹੀ ਹੁੰਦੀ ਆ ਤੇ ਉੱਥੇ ਆਪਾਂ 40 ਤੋਂ ਵਧਾਉਣੀ ਨਹੀਂ ਹੈਗੀ ਨਹੀਂ ਟਿਕਟ ਕੈਮਰਿਆਂ ਤੋਂ ਸਪੀਡ ਟਿਕਟ ਮਿਲ ਜਾਂਦੀ ਆ ਇਹ ਖਿਆਲ ਰੱਖਣਾ ਜਾਣੀ ਜਿਵੇਂ ਹੁਣ ਆਹ ਸਕੂਲ ਵਾਲਾ ਏਰੀਆ ਹੀ ਆ ਇੱਥੇ ਸਪੈਸ਼ਲ ਸਾਈਨ ਵੀ ਲੱਗੇ ਹੋਏ ਆ ਪੂਰੇ ਵੀ ਉਹ ਮੈਕਸੀਮਮ 40 ਤੇ ਪਰ ਇੱਥੇ ਕੈਮਰਾ ਹੈ ਨਹੀਂ ਪਰ ਇਹਨਾਂ ਨੇ ਲਿਖਿਆ ਹੋਇਆ ਵੀ ਕੈਮਰਾ ਕਮਿੰਗ ਸੂਨ ਦਿਖਾ ਦਿੰਦੇ ਆ ਆਪਾਂ ਤੁਹਾਨੂੰ ਹੁਣ ਲਾਈਨ ਵੀ ਚੇਂਜ ਕਰਕੇ ਦਿਖਾ ਦਿੰਦੇ ਆ ਜਿਵੇਂ ਉਹ ਟੈਸਟ ਜੇ ਕਰਾਉਂਦੇ ਹੁੰਦੇ ਆ ਲਾਈਨ ਚੇਂਜ ਜਿਵੇਂ ਹੁਣ ਆਪਾਂ ਲੈਫਟ ਲਾਈਨ 'ਚ ਜਾਂਦੇ ਹਾਂ ਲੈਫਟ ਤੋਂ ਰਾਈਟ ਤੇ ਜਾਣਾ ਵਾ ਪਹਿਲਾਂ ਆਪਾਂ ਇੰਡੀਕੇਟਰ ਦੇਵਾਂਗੇ ਫਿਰ ਆਪਾਂ ਬਲਾਈਂਡ ਸਪੋਟ ਦੇਖਾਂਗੇ ਬਲਾਈਂਡ ਸਪੋਟ ਜਿਵੇਂ ਮਗਰ ਨੂੰ ਗਰਦਨ ਕਰਕੇ ਦੇਖਣਾ ਵਾ ਤੇ ਫਿਰ ਜਦੋਂ ਸਾਰਾ ਕਲੀਅਰ ਆ ਫਿਰ ਆਪਾਂ ਲਾਈਨ ਚੇਂਜ ਕਰ ਦੇਣੀ ਆ ਤੇ ਲਾਈਨ ਇੱਕ ਖਾਸ ਖਿਆਲ ਰੱਖਣਾ ਉਹ ਲਾਈਨ ਚੇਂਜ ਕਰਨੀ ਆ ਜ਼ਿਆਦਾਤਰ ਜੋ ਨਵੇਂ ਬੰਦੇ ਹੁੰਦੇ ਆ ਉਹਨਾਂ ਦੀ ਸਪੀਡ ਘੱਟ ਜਾਂਦੀ ਆ ਜਦੋਂ ਲਾਈਨ ਚੇਂਜ ਕਰਦੇ ਆ ਵੀ ਕੋਸ਼ਿਸ਼ ਕਰੋ ਸਪੀਡ ਓਨੀ ਰੱਖੋ ਗੱਡੀ ਦੀ ਜਾਣੀ ਘੱਟਣ ਨਾ ਦੋ ਲਾ ਤੇ ਬਾਕੀ ਜਿਵੇਂ ਇੱਥੇ ਹੁਣ ਆਹ 60 ਦੀ ਸਪੀਡ ਵਾਲੀ ਰੋਡ ਆ ਤਾਂ ਸਾਈਨ ਵੀ ਤੁਹਾਨੂੰ ਚੇਂਜ ਕਰਕੇ ਦਿਖਾ ਦਿੰਦੇ ਹਾਂ ਪਹਿਲਾਂ ਇੰਡੀਕੇਟਰ ਦੇਣਾ ਫਿਰ ਬਲਾਈਂਡ ਸਪੋਟ ਦੇਖਣਾ ਮਗਰ ਨੂੰ ਗਰਦਨ ਕਰਕੇ ਜਦੋਂ ਕਲੀਅਰ ਆ ਅਤੇ ਬਸ ਲਾਈਨ ਚੇਂਜ ਕਰ ਦਿਓ ਅਤੇ ਇੱਕ ਖਾਸ ਖਿਆਲ ਰੱਖਣਾ ਵੀ ਸਪੀਡ ਨਹੀਂ ਆਪਣੀ ਘੱਟਣੀ ਚਾਹੀਦੀ ਜਦੋਂ ਲਾਈਨ ਚੇਂਜ ਕਰਨੀ ਆ ਅਤੇ ਬਸ ਇਹੀ ਹੁੰਦਾ ਮੇਨ ਅਤੇ ਬਾਕੀ ਹੁਣ ਆਪਾਂ ਲੈਫਟ ਰਾਈਟ ਮੋੜਨਾ ਵਾ ਤਾਂ ਪਹਿਲਾਂ ਆਪਾਂ ਰਾਈਟ ਲਾਈਨ 'ਚ ਜਾਵਾਂਗੇ ਸੇਮ ਉਹੀ ਪ੍ਰੋਸੀਜਰ ਆ ਅਤੇ ਬਸ ਹੁਣ ਆਪਾਂ ਰਾਈਟ ਲਾਈਨ 'ਚ ਆ ਗਏ ਲੈਫਟ ਟਰਨ ਲੈਣਾ ਵਾ ਨਾ ਰਾਈਟ ਟਰਨ ਤੇ ਜਦੋਂ ਆਪਾਂ ਰਾਈਟ ਟਰਨ ਲੈਣਾ ਵਾ ਉਦੋਂ ਆਪਾਂ ਨੂੰ ਸ਼ੋਰ ਆ ਵੀ ਆਪਾਂ ਲਾਲ ਬੱਤੀ ਤੇ ਮੁੜ ਸਕਦੇ ਹਾਂ ਰਾਈਟ ਟਰਨ ਤੇ ਬਸ ਆਪਾਂ ਦੇਖਣਾ ਵਾ ਕੋਈ ਪੈਡੀਸਟਨ ਤਾਂ ਨਹੀਂ ਆਉਂਦਾ ਹੈਗਾ ਜੇ ਕਲੀਅਰ ਆ ਤਾਂ ਫਿਰ ਆਪਾਂ ਮੁੜ ਸਕਦੇ ਹਾਂ ਜਦੋਂ ਆਪਾਂ ਲੈਫਟ ਟਰਨ ਲੈਣਾ ਉਦੋਂ ਆਪਾਂ ਨੂੰ ਲਾਈਟਾਂ ਫੋਲੋ ਕਰਨੀਆਂ ਪੈਣੀਆਂ ਵਾ ਉਦੋਂ ਆਪਾਂ ਜਾਂ ਤਾਂ ਐਰੋ 'ਤੇ ਹੀ ਮੁੜ ਸਕਦੇ ਹਾਂ ਅਤੇ ਜਾਂ ਆਪਾਂ ਗ੍ਰੀਨ ਲਾਈਟ 'ਤੇ ਮੁੜ ਸਕਦੇ ਹਾਂ ਗ੍ਰੀਨ ਲਾਈਟ 'ਤੇ ਆਪਾਂ ਉਦੋਂ ਮੁੜ ਸਕਦੇ ਹਾਂ ਜਦੋਂ ਮੂਹਰੋਂ ਆਪਣਾ ਕਲੀਅਰ ਆ ਵੀ ਕੋਈ ਗੱਡੀ ਆਉਂਦੀ ਨਹੀਂ ਹੈਗੀ ਖੜ੍ਹੀ ਆ ਇਹਦੇ 'ਚ ਆਪਾਂ ਪਾਰਕ ਲਾਉਣੀ ਆ ਤਾਂ ਇਹ ਤਾਂ ਨਾਲ ਦੇ ਦੋ ਖਾਨੇ ਛੱਡ ਕੇ ਅਤੇ ਤੀਜੇ ਖਾਨੇ 'ਚ ਆਪਾਂ ਅੱਧ 'ਚ ਗੱਡੀ ਰੋਕ ਲੈਣੀ ਆ ਅੱਧ 'ਚ ਰੋਕ ਕੇ ਗੱਡੀ ਤਾਂ ਫਿਰ ਆਪਾਂ ਫੁੱਲ ਸਟੇਅਰਿੰਗ ਘੁਮਾ ਦੇਣਾ ਅਤੇ ਫਿਰ ਬੈਕ ਕਰ ਦੇਣੀ ਆ ਬੈਕ ਕਰਨ ਲੱਗੇ ਸ਼ੀਸ਼ਿਆਂ ਜ਼ਿਆਦਾ ਦੇਖ ਲਵੇ ਉਹ ਕੈਮਰੇ ਵਾਲ ਥੋੜਾ ਘੱਟ ਜਾਂਦਾ ਕੈਮਰੇ ਵਾਲੀ ਤਾਂ ਦੇਖਣਾ ਹੀ ਨਹੀਂ ਹੈਗਾ ਤਾਂ ਸਿਰਫ ਚੀਟਿੰਗ ਕਰਨ ਲਈ ਚੀਟਿੰਗ ਆ ਜਾਣੀ ਇਹਦਾ ਚੀਟਿੰਗ ਕਰਨ ਲਈ ਆ ਤੇ ਆਹ ਦੇਖ ਲਓ ਬੈਕ ਲੱਗ ਗਈ ਗੱਡੀ ਤੇ ਬਸ ਚੱਲੀਏ ਹੋਰ ਆਹ ਦੇਖੋ ਜਿਵੇਂ ਹੁਣ ਆਪਾਂ ਲੈਫਟ ਟਰਨ ਲੈਣਾ ਵਾ ਆਪਾਂ ਲੈਫਟ ਟਰਨ ਉਦੋਂ ਹੀ ਲੈ ਸਕਦੇ ਹਾਂ ਜਦੋਂ ਆਹ ਲਾਈਟਾਂ ਹਰੀਆਂ ਹੋਣ ਤੇ ਜਿਹੜਾ ਇਧਰੋਂ ਪੈਡੀਸਟਨ ਆ ਕੋਈ ਕ੍ਰੋਸ ਨਾ ਕਰਦਾ ਹੋਵੇ ਤੇ ਅੱਗੋਂ ਵੀ ਨਾ ਕੁਛ ਆਉਂਦਾ ਹੋਵੇ ਇੱਥੇ ਅਗਲੀ ਲਾਈਨ ਹੈਗੀ ਨਹੀਂ ਸੀਗੀ ਹਾਂ ਇੱਥੇ ਅਗਲੀ ਲਾਈਨ ਹੈਣੀ ਸੀਗੀ ਇੱਥੇ ਲੈਫਟ ਨਹੀਂ ਹੈਗਾ ਹਾਂ ਆ ਰਾਈਟ ਆ ਹਨਾ ਕੋਈ ਲੈਫਟ ਟਰਨ ਉੱਥੇ ਹੋ ਜਿੱਥੇ ਪਤਾ ਜਾ ਆ ਹੁਣ ਜਿਵੇਂ ਰੈੱਡ ਲਾਈਟ ਦੇ ਵਿੱਚ ਉਹ ਟਰਨ ਕਰ ਗਿਆ ਹਨਾ ਹਾਂ ਇੱਥੇ ਆਪਾਂ ਕਰ ਸਕਦੇ ਹਾਂ ਆਪਾਂ ਇਧਰੋਂ ਵੀ ਦੇਖਣਾ ਵੀ ਇਧਰੋਂ ਕੁਛ ਆ ਤਾਂ ਨਹੀਂ ਰਿਹਾ ਤੇ ਇਧਰ ਪ੍ਰੈਡਿਸਟੀਅਨ ਨਹੀਂ ਆ ਰਿਹਾ ਹਾਂ ਇਧਰੋਂ ਪ੍ਰੈਡਿਸਟੀਅਨ ਨਹੀਂ ਆ ਰਿਹਾ ਜਦੋਂ ਆਪਾਂ ਰੈੱਡ ਲਾਈਟ ਦੇ ਵਿੱਚ ਰਾਈਟ ਟਰਨ ਕਰਨਾ ਤਾਂ ਇੱਕ ਵਾਰੀ ਰੁਕਣਾ ਹੀ ਰੁਕਣਾ
ਪ੍ਰੈਡਿਕਟਿਵ ਦੇਖ ਕੇ ਹਾਂ ਮੇਨ ਯਾਰ ਸਾਰਿਆਂ ਨਾਲ ਜਦੋਂ ਆਪਾਂ ਰਾਈਟ ਟਰਨ ਲੈਣਾ ਰੈੱਡ ਲਾਈਟ ਤੇ ਸਾਰਿਆਂ ਨਾਲ ਜ਼ਰੂਰੀ ਗੱਲ ਆ ਵੀ ਇੱਕ ਤਾਂ ਪੈਡੀਸਟਨ ਨਾ ਆਉਂਦਾ ਹੋਵੇ ਤੇ ਇੱਕ ਆ ਦੂਜੇ ਪਾਸਿਓਂ ਗੱਡੀ ਨਾ ਆਉਂਦੀ ਹੋਵੇ ਜਦੋਂ ਇਹ ਦੋਨੇ ਚੀਜ਼ਾਂ ਕਲੀਅਰ ਹੋਣਗੀਆਂ ਫੇਰ ਹੀ ਆਪਾਂ ਮੁੜ ਸਕਦੇ ਹਾਂ ਜਾਨੀ ਆਹ ਹੁਣ ਆਪਾਂ ਤੁਹਾਨੂੰ ਲੈਫਟ ਟਰਨ ਲੈ ਕੇ ਦਿਖਾ ਦਿੰਦੇ ਹਾਂ ਤੇ ਲੈਫਟ ਟਰਨ ਲਈ ਇਹਨਾਂ ਨੇ ਜਾਨੀ ਇਹ ਵੱਡਾ ਇੰਟਰਸੈਕਸ਼ਨ ਆ ਇੱਥੇ ਆਡੀ ਲਾਈਨ ਬਣੀ ਹੋਈ ਆ ਲੈਫਟ ਟਰਨ ਲੈਣ ਨੂੰ ਤਾਂ ਹੁਣ ਆਪਾਂ ਆਹ ਲਾਈਨ 'ਚ ਜਾਨੀ ਵੜ ਗਏ ਲੈਫਟ ਟਰਨ ਵਾਲੀ 'ਚ ਜੇ ਆਪਾਂ ਨੂੰ ਇੱਥੇ ਲੈਫਟ ਨੂੰ ਤੀਰ ਹੁੰਦਾ ਤਾਂ ਆਪਾਂ ਫਿਰ ਤਾਂ ਅੱਖਾਂ ਮੀਚ ਕੇ ਸਿੱਧੇ ਹੀ ਜਾ ਵੜਨਾ ਸੀ ਹਾਂ ਹਾਂ ਤੇ ਤੀਰ ਹੈਗਾ ਇੱਥੇ ਪਹਿਲਾਂ ਤੀਰ ਆਉਂਦਾ ਵਾ ਤੇ ਫਿਰ ਜਾਨੀ ਗ੍ਰੀਨ ਸਿਗਨਲ ਆਉਂਦਾ ਵਾ ਹਾਂ ਮਤਲਬ ਵੀ ਹੁਣ ਗ੍ਰੀਨ ਹੈਗਾ ਨਹੀਂ ਸੀ ਹਲੇ ਹਾਂ ਹਾਂ ਜਦੋਂ ਇਕੱਲੀ ਗ੍ਰੀਨ ਹੁੰਦੀ ਆ ਐਰੋ ਨਹੀਂ ਹੁੰਦਾ ਤਾਂ ਇੱਕ ਗੱਡੀ ਇੰਟਰਸੈਕਸ਼ਨ ਦੇ ਵਿਚਾਲੇ ਜਾ ਵੜਦੀ ਆ ਜਦੋਂ ਅੱਗੋਂ ਕੁਛ ਨਾ ਆਉਂਦਾ ਹੋਵੇ ਉਦੋਂ ਟਰਨ ਲੈ ਲੈਂਦੀ ਆ ਬੜਾ ਤੀਰ ਹੋ ਗਿਆ ਤੇ ਤੀਰ ਤੇ ਆਪਾਂ ਕੁਛ ਨਹੀਂ ਦੇਖਣਾ ਜਦੋਂ ਹੋਇਆ ਹੋਵੇ ਬਸ ਆਪਾਂ ਫਿਰ ਲੈਫਟ ਲੈ ਸਕਦੇ ਹਾਂ ਕਿਉਂਕਿ ਫਿਰ ਬਾਕੀ ਸਾਰੀਆਂ ਲਾਈਨਾਂ ਰੁਕੀਆਂ ਹੁੰਦੀਆਂ ਵਾ ਹੋ ਗਿਆ ਆਹ ਇੱਥੋਂ ਦੇਖ ਲਓ ਹੁਣ ਆਪਾਂ ਉਨਾ ਇੱਕ ਨਹੀਂ ਰਾਈਟ ਐਗਜ਼ਿਟ ਲੈ ਸਕਦੇ ਜਿੰਨਾ ਇੱਕ ਪੈਡੀਸਟਨ ਨਹੀਂ ਕ੍ਰੋਸ ਕਰਦੇ ਹੈਗੇ ਤੇ ਆਹ ਪੈਡੀਸਟਨ ਹੁਣ ਕਲੀਅਰ ਹੋ ਗਿਆ ਤੇ ਹੁਣ ਆਪਾਂ ਦੇਖਣਾ ਵੀ ਸੱਜੇ ਪਾਸਿਓਂ ਕੋਈ ਗੱਡੀ ਤਾਂ ਨਹੀਂ ਆਉਂਦੀ ਜਿਵੇਂ ਉਹ ਇੱਕ ਆ ਰਹੀ ਆ ਗੱਡੀ ਤਾਂ ਉਹਨੇ ਦੂਜੇ ਪਾਸੇ ਮੋੜਨਾ ਤੇ ਆਪਾਂ ਲੈ ਸਕਦੇ ਹਾਂ ਟਰਨ ਤੇ ਆਪਾਂ ਟਰਨ ਲੈ ਲਿਆ